ਟੀਵੀ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਨਿਰੰਜਨ ਸਿੰਘ ਲਹਿਲ ਵੱਲੋਂ ਸਤਿ ਸ੍ਰੀ ਅਕਾਲ। ਅੱਜ ਅਸੀਂ ਖਾਲਸਾ ਕਾਲਜ ਮੋਹਾਲੀ ਦੇ ਇਸ ਜਗ੍ਹਾ 'ਤੇ ਬੈਠੇ ਹਾਂ ਅਤੇ ਅਸੀਂ ਗੱਲ ਕਰਾਂਗੇ ਅੱਜ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਤੋਂ ਰਿਟਾਇਰਡ ਸਰਦਾਰ ਗੁਰਮੇਲ ਸਿੰਘ ਜੀ ਮੌਜੇਵਾਲ, ਜਿਹੜੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਐਸੋਸੀਏਸ਼ਨ ਜਥੇਬੰਦੀ ਦੇ ਪ੍ਰਧਾਨ ਵੀ ਰਹੇ ਨੇ, ਔਰ ਅੱਜ ਕੱਲ੍ਹ ਉਹ ਜਿੰਨੇ ਵੀ ਪੈਨਸ਼ਨਰ ਪੰਜਾਬ ਦੇ ਪੈਨਸ਼ਨਰ ਐਸੋਸੀਏਸ਼ਨ ਦੇ ਕਰਮਚਾਰੀ ਨੇ ਉਹਨਾਂ ਦੇ ਅਹੁਦੇਦਾਰ ਨੇ। ਸੋ ਅਸੀਂ ਗੱਲ ਕਰਨ ਤੋਂ ਪਹਿਲਾਂ ਅੱਜ ਸਾਡਾ ਇਹ 2023 ਦਾ ਆਖਰੀ ਐਪੀਸੋਡ ਹੋਏਗਾ, ਔਰ ਕੁਛ ਘੰਟਿਆਂ ਬਾਅਦ ਜਾਂ ਇੱਕ ਰਾਤ ਦੇ ਫਾਸਲੇ ਤੋਂ ਬਾਅਦ, ਰਾਤ ਦਾ ਵੀ ਕੀ ਹੈ 12 ਵੱਜ ਗਏ ਨੇ ਹਾਰਡਲੀ, 8 ਜਾਂ 9 ਘੰਟਿਆਂ ਬਾਅਦ ਅਸੀਂ ਇੱਕ ਨਵੇਂ ਦਿਨ 'ਚ ਸ਼ਾਮਿਲ ਹੋਵਾਂਗੇ 2024 ਦੇ ਸਾਲ 'ਚ। ਅੱਜ ਅਸੀਂ ਇੱਕ ਸਾਲ ਪੂਰਾ ਕਰ ਲਿਆ, ਔਰ 2023 ਦੀਆਂ ਸਾਡੀਆਂ ਜਿਹੜੀਆਂ ਯਾਦਾਂ ਨੇ ਉਹ ਰਾਤ ਨੂੰ 12 ਵਜੇ ਤੋਂ ਸ਼ੁਰੂ ਹੋ ਜਾਣਗੀਆਂ ਕਿ ਅਸੀਂ ਇਸ 2023 'ਚ ਜਿਹੜੇ ਅਸੀਂ ਤੈਅ ਕੀਤੇ ਸੀ ਕੋਈ ਸਫ਼ਰ, ਉਹਨਾਂ 'ਚ ਕਿੰਨੇ ਕੁ ਅਸੀਂ ਅੱਗੇ ਵਧੇ ਹਾਂ, ਕਿੰਨੇ ਕੁ ਕਾਮਯਾਬ ਹੋਏ ਹਾਂ, ਕਿੱਦਾਂ ਦੀਆਂ ਖੱਟੀਆਂ ਮਿੱਠੀਆਂ ਕੌੜੀਆਂ ਜਿਹੜੀਆਂ ਯਾਦਾਂ ਨੇ ਉਹ ਸਾਨੂੰ ਛੱਡ ਕੇ ਗਏ ਨੇ, ਜੋ ਅਸੀਂ 2023 'ਚ ਕੀਤਾ ਕਿ 2024 ਇਹਦੇ ਨਾਲੋਂ ਵਧੀਆ ਆਏਗਾ, ਉਹਦੀ ਆਸ ਲਾ ਕੇ ਬੈਠੇ ਹਾਂ ਵੀ ਸ਼ਾਇਦ 2023 ਨਾਲੋਂ 2024 ਹੈ ਉਹ ਵਧੀਆ ਆ ਜਾਵੇ, ਭਾਵੇਂ ਕਿ 2023 ਅਨੇਕਾਂ ਅਜਿਹੀਆਂ ਗੱਲਾਂ ਛੱਡ ਕੇ ਗਿਆ ਜਿਵੇਂ ਕਿ ਸਾਰਾ ਸਾਲ ਹੀ ਜਿਹੜਾ ਉਹ ਹਾਦਸਿਆਂ ਦਾ ਹੀ ਰਿਹਾ। ਇੱਥੇ 2 ਜਾਂ 3 ਰਾਜਸੀ ਪਾਰਟੀਆਂ ਆਪਸੀ ਰੌਲੇ ਰੱਪੇ 'ਚ ਹੀ ਰਹੀਆਂ ਨੇ, ਕਈ ਘਟਨਾਵਾਂ ਜਿਹੜੀਆਂ ਘਟੀਆਂ ਨੇ, ਕਈ ਵਾਪਰਿਆ, ਕਈ ਕੁਛ ਵਾਪਰਿਆ ਕਿ ਅਸੀਂ ਆਸ ਕਰਾਂਗੇ ਵੀ ਨਵੇਂ ਸਾਲ 'ਚ ਇੱਦਾਂ ਦਾ ਕੁਛ ਨਾ ਵਾਪਰੇ। ਸੋ ਮੇਰੇ ਨਾਲ ਗੁਰਮੇਲ ਸਿੰਘ ਜੀ ਮੌਜੇਵਾਲ ਸਾਹਿਬ ਨੇ। ਸੋ ਮੌਜੇਵਾਲ ਸਾਹਿਬ, ਤੁਹਾਡਾ ਤਾਂ ਪਹਿਲਾਂ ਬਹੁਤ ਬਹੁਤ ਸਾਡੇ ਚੈਨਲ 'ਚ ਆਉਣ 'ਤੇ ਧੰਨਵਾਦ, ਤੁਹਾਨੂੰ ਜੀ ਆਇਆਂ। ਔਰ ਤੁਸੀਂ ਇੱਕ 2023 ਤੋਂ ਹੀ ਗੱਲ ਸ਼ੁਰੂ ਕਰਦੇ ਹੋ, 2023 ਤੁਹਾਡੀ ਸਮਝਣ ਤੋਂ ਕਿੱਦਾਂ ਦਾ ਰਿਹਾ ਤੁਹਾਡਾ? ਪਹਿਲਾਂ ਤਾਂ ਜੀ ਮੈਂ ਤੁਹਾਡਾ ਇਸ ਗੱਲੋਂ ਧੰਨਵਾਦ ਕਰਦਾ ਕਿ ਤੁਸੀਂ ਸਾਨੂੰ ਆਪਣੇ ਚੈਨਲ 'ਤੇ ਲੋਕਾਂ ਦੇ ਰੂਬਰੂ ਕਰ ਰਹੇ ਹੋ, ਬਹੁਤ ਤੁਸੀਂ ਵਧਾਈ ਦੇ ਪਾਤਰ ਹੋ ਜੀ। ਜਿੱਥੋਂ ਤੱਕ 23 ਦੇ ਵਿੱਚ ਖੱਟੀਆਂ ਮਿੱਠੀਆਂ ਚੰਗੀਆਂ ਮਾੜੀਆਂ ਗੱਲਾਂ ਦਾ ਸੰਬੰਧ ਹੈ, ਕਿਉਂਕਿ ਸਾਡਾ ਦੇਸ਼ ਹੈ ਜਿਹੜਾ ਸਮੁੱਚੇ ਤੌਰ 'ਤੇ, ਮੈਂ ਨੈਸ਼ਨਲ ਪੱਧਰ 'ਤੇ ਗੱਲ ਕਰਦਾ ਜੀ, ਕਿ ਗਲਤ ਦਿਸ਼ਾ ਵੱਲ ਚੱਲ ਰਿਹਾ ਹੈਗਾ ਜੀ। ਕਿਉਂਕਿ ਜਦੋਂ ਵੀ ਕੋਈ ਸਰਕਾਰ ਇੱਕ ਖਿੱਤੇ ਦੀ ਜਾਂ ਇੱਕ ਜਾਤ ਦੀ ਗੱਲ ਕਰਦੀ ਹੈ, ਕਮਿਊਨਲ ਗੱਲ ਕਰਦੀ ਹੈ, ਉਹ ਦੇਸ਼ ਕਦੇ ਵੀ ਤਰੱਕੀ ਨਹੀਂ ਕਰ ਸਕਦਾ। ਬਿਲਕੁਲ ਜੀ, ਬਿਲਕੁਲ। ਕਈ ਘਟਨਾਵਾਂ ਅਜਿਹੀਆਂ ਮੰਦਭਾਗੀਆਂ ਵਾਪਰੀਆਂ ਨੇ ਇਸ ਸਾਲ ਦੇ ਵਿੱਚ, ਜਿਹੜੀਆਂ ਹਿੰਦੁਸਤਾਨ ਦੇ ਮੱਥੇ 'ਤੇ ਕਲੰਕ ਬਣ ਕੇ ਸਦਾ ਲਈ ਮਤਲਬ ਲੱਗੀਆਂ ਰਹਿਣਗੀਆਂ ਜੀ। ਜਿਹਦੇ ਵਿੱਚੋਂ ਮਣੀਪੁਰ ਦੀਆਂ ਘਟਨਾਵਾਂ ਨੇ, ਬਿਲਕੁਲ ਜੀ ਬਿਲਕੁਲ, ਹਰਿਆਣੇ ਦੇ ਵਿੱਚ ਨੂੰਹ ਦੀਆਂ ਘਟਨਾਵਾਂ ਨੇ, ਜਿੱਥੇ ਉਹ ਫਿਰਕੂ ਦੰਗੇ ਹੋਏ ਜੀ, ਜਿਹੜੇ ਦੇਖ ਕੇ ਇੱਕ ਸੰਵੇਦਨਸ਼ੀਲ ਮਨੁੱਖ ਹੈ ਜਿਹੜਾ ਉਹ ਰੋਏ ਬਿਨਾਂ ਨਹੀਂ ਰਹਿ ਸਕਦਾ। ਇਹ ਸਾਡੀ ਬਹੁਤ 23 ਦੀ ਮਾੜੀ ਘਟਨਾ ਜਿਹਨੂੰ ਆਪਾਂ ਕਹਿ ਸਕਦੇ ਹਾਂ। ਬਿਲਕੁਲ ਜੀ। ਅਤੇ ਜਿੱਥੋਂ ਤੱਕ ਹੋਰ ਨਿੱਕੀਆਂ ਮੋਟੀਆਂ ਚੰਗੀਆਂ ਮਾੜੀਆਂ ਗੱਲਾਂ ਅਕਸਰ ਸਮਾਜ ਦੇ ਵਿੱਚ ਵਾਪਰਦੀਆਂ ਰਹਿੰਦੀਆਂ ਨੇ, ਉਹਨਾਂ ਨੂੰ ਆਪਾਂ ਰੂਟੀਨ ਵਾਲੀਆਂ ਗੱਲਾਂ ਤਾਂ ਕਹਿ ਸਕਦੇ ਹਾਂ। ਹੈ ਜਿਵੇਂ ਹਾਦਸਿਆਂ ਦੀ ਗੱਲ ਹੈ, ਤੁਸੀਂ ਗੱਲ ਕੀਤੀ ਆ ਹਾਦਸਿਆਂ ਦੀ, ਹਿੰਦੁਸਤਾਨ 'ਚ ਬੜੇ ਹਾਦਸੇ ਵਾਪਰ ਰਹੇ ਨੇ, ਘੰਟੇ ਦੇ ਵਿੱਚ ਕਹਿੰਦੇ 150-150 ਬੰਦਾ ਇੱਕ ਹਰ ਘੰਟੇ ਦੇ ਵਿੱਚ ਹਾਦਸਿਆਂ ਦਾ ਸ਼ਿਕਾਰ ਹੋ ਰਿਹਾ ਹੈਗਾ ਜੀ। ਇਹਦੇ ਵਿੱਚ ਵੀ ਸਰਕਾਰਾਂ ਨੂੰ
ਮਤਲਬ ਸੋਚਣ ਦੀ ਲੋੜ ਹੈ। ਹੋਰ ਕਈ ਗੱਲਾਂ ਇਹੀਆਂ ਨੇ, ਆਪਾਂ ਪੰਜਾਬ ਪੱਧਰ 'ਤੇ ਗੱਲ ਕਰੀਏ ਕਿ ਜੋ ਪੰਜਾਬ ਵਿੱਚ ਵਾਪਰ ਹੈ ਉਹ ਸਿਆਸਤ ਦਾ ਪੱਧਰ ਹੈ ਜਿਹੜਾ ਇੰਨਾ ਨੀਵਾਂ ਹੋ ਚੁੱਕਿਆ ਹੈ ਕਿ ਇਹ ਨਿੱਕੀਆਂ ਨਿੱਕੀਆਂ ਗੱਲਾਂ 'ਤੇ ਸਿਆਸਤ ਕਰਨ ਲੱਗ ਗਏ। ਜੇ ਕਿਸੇ ਵਜ਼ੀਰ ਨੇ ਕਿਸੇ ਭਟੂਰੇ ਖਾ ਲਏ ਉਹਨੂੰ ਨਿੰਦਣ ਲੱਗ ਜਾਂਦੇ ਨੇ, ਕਹਿੰਦੇ ਮੁਫਤ ਭਟੂਰੇ ਖਾ ਲਏ, ਇਹ ਗੱਲਾਂ ਜੋ ਗੱਲ ਹੈ ਕੋਈ? ਤੁਸੀਂ ਗੱਲ ਕਰੋ ਦੇ ਸਮੁੱਚੇ ਪੰਜਾਬ ਦੀ। ਪੰਜਾਬ ਉਹ ਸੂਬਾ ਜਿਹੜਾ ਕਿਸੇ ਟਾਈਮ ਪਹਿਲੇ ਨੰਬਰ 'ਤੇ ਹੁੰਦਾ ਸੀ, ਅੱਜ ਉਹ 16ਵੇਂ ਜਾਂ 17ਵੇਂ ਨੰਬਰ 'ਤੇ ਕਿਉਂ ਪਹੁੰਚਿਆ, ਇਹਦੇ ਵੱਲ ਕਿਸੇ ਦਾ ਧਿਆਨ ਨਹੀਂ ਹੈਗਾ। ਸਾਡੀਆਂ ਸਰਕਾਰਾਂ, ਅਕਾਲੀ ਸਰਕਾਰ ਲਾ ਲਓ ਜਾਂ ਹੁਣ ਤੱਕ ਆਪਣੇ ਕਾਂਗਰਸ ਲਾ ਲਓ, ਇਹ ਵਾਰੋ ਵਾਰੀ ਆ ਰਹੀਆਂ ਜੀ। ਮੈਨੂੰ ਇਹ ਗੱਲ ਕਹਿਣ 'ਚ ਕੋਈ ਝਿਜਕ ਨਹੀਂ ਕਿ ਇਹਨਾਂ ਨੇ ਤਾਂ ਵਾਰੀ ਬੰਨੀ ਹੋਈ ਸੀ ਵੀ ਇੱਕ ਵਾਰੀ 5 ਸਾਲ ਅਸੀਂ ਆ ਜਾਂਦੇ ਹਾਂ ਜੀ, ਅਸੀਂ ਲੁੱਟਦੇ ਹਾਂ ਅਤੇ ਫਿਰ ਅਗਲੇ 5 ਸਾਲ ਬਾਅਦ ਤੁਹਾਡੇ ਲਈ ਰਾਹ ਪੱਧਰਾ ਕਰ ਜਾਂਦੇ ਹਾਂ, ਵੀ ਤੁਸੀਂ ਡਟ ਲਿਓ, ਉੱਤਰ ਕਾਟੋ, ਮੈਂ ਚੜ੍ਹਾਂ ਦੀ ਗੱਲ ਹੋਈ। ਇਹਦੇ ਵਿੱਚੋਂ ਇਹ ਰਵਾਇਤੀ ਪਾਰਟੀਆਂ ਦੀਆਂ ਪੰਜਾਬ ਪ੍ਰਤੀ ਗਲਤ ਨੀਤੀਆਂ ਦੇ ਕਾਰਨ ਆਮ ਆਦਮੀ ਪਾਰਟੀ ਪੰਜਾਬ ਉੱਤੇ ਕਾਬਜ਼ ਹੋਈ। ਬਿਲਕੁਲ ਜੀ, ਉਹ ਹੁਣ ਕੀ ਹੋ ਰਿਹਾ ਹੈ ਕਿ ਕਿਉਂਕਿ ਭਗਵੰਤ ਮਾਨ ਦੀ ਅਗਵਾਈ 'ਚ ਸਰਕਾਰ ਕੰਮ ਕਰ ਰਹੀ ਹੈ ਜੀ, ਇਹ ਇੱਕ ਦੁਖਾਂਤ ਹੈ ਪੰਜਾਬ ਦਾ ਕਿ ਜਿਹੜਾ ਸੈਂਟਰ ਹੈ ਉਹਦੇ ਉੱਤੇ ਕਿਸੇ ਵੀ ਪਾਰਟੀ ਦਾ ਰਾਜ ਹੋਵੇ ਪਰ ਪੰਜਾਬ ਨੂੰ ਉਹ ਦੂਜੀ ਅੱਖ ਨਾਲ ਹੀ ਦੇਖਦਾ। ਬਿਲਕੁਲ, ਵਿਤਕਰੇ ਵਾਲੀ ਅੱਖ ਨਾਲ ਹੀ ਦੇਖਦਾ। ਜਿਹੜਾ ਆਮ ਆਦਮੀ ਪਾਰਟੀ ਦਾ ਸੁਪਰੀਮੋ ਹੈ ਜੀ, ਚਾਹੇ ਉਹ ਸੈਂਟਰ ਦੇ ਉੱਤੇ ਕਾਬਜ਼ ਤਾਂ ਨਹੀਂ ਹੈਗਾ ਸਰਕਾਰ 'ਤੇ, ਬਿਲਕੁਲ, ਪਰ ਅਸੀਂ ਇਹ ਕਹਿ ਸਕਦੇ ਹਾਂ ਉਹ ਸੈਂਟਰ ਦਿੱਲੀ ਬੈਠਾ ਪੰਜਾਬ ਦੇ ਵਿੱਚ ਇੰਨੀ ਦਖਲ ਦੀ ਅੰਦਾਜ਼ੇ ਕਰਦਾ ਕਿ ਸਾਨੂੰ ਉਹ ਲੋਕ ਜਿਨ੍ਹਾਂ ਨੇ ਧੜਾ ਧੜ ਇਹਨਾਂ ਨੂੰ ਕਾਬਜ਼ ਕੀਤਾ ਸਰਕਾਰ ਦੇ ਉੱਤੇ ਪੰਜਾਬ ਦੇ ਵਿੱਚ, ਉਹ ਅੱਜ ਭਗਵੰਤ ਮਾਨ ਇੰਨਾ ਨਹੀਂ ਜਿੰਨਾ ਉਹ ਸਾਡੀਆਂ ਅੱਖਾਂ ਵਿੱਚ ਰੜਕ ਰਿਹਾ ਹੈਗਾ। ਬਿਲਕੁਲ, ਹੈ ਸਾਡਾ ਹੈਲੀਕਾਪਟਰ ਉਸ ਸਾਈਕਲ ਵਾਂਗੂ ਵਰਤਦਾ ਹੈ ਜੀ। ਹੋਰ ਜਦੋਂ ਵੀ ਕੋਈ ਉਦਘਾਟਨ ਕਰਨਾ ਹੁੰਦਾ ਸਾਡਾ CM ਕੋਲੇ ਖੜ੍ਹਾ ਹੁੰਦਾ, ਉਹ ਉਦਘਾਟਨ ਕਰ ਰਿਹਾ ਹੁੰਦਾ ਕਿਸੇ ਚੀਜ਼ ਦਾ, ਜਦੋਂ ਕਿ ਉਹ ਆਵੇ ਇੱਥੇ ਕਿਉਂਕਿ ਪਾਰਟੀ ਦਾ ਮੁਖੀ ਹੈ, ਉਹਦਾ ਵੈਲਕਮ ਹੈ ਆਉਣ 'ਤੇ, ਪਰ ਉਹ ਮੋਹਰੀ ਰੋਲ ਅਦਾ ਕਰੇ, ਇਹ ਸਾਡੇ ਲਈ ਝੱਲ ਨਹੀਂ ਹੋ ਰਿਹਾ, ਸਾਨੂੰ ਬਹੁਤ ਇਹ ਬੁਰਾ ਲੱਗਦਾ ਅਤੇ ਇਸ ਇਹ ਵੀ ਬਹੁਤ ਪੰਜਾਬ ਦੇ ਲਈ ਮਾੜੀ ਗੱਲ ਹੈ। ਬਿਲਕੁਲ ਬਿਲਕੁਲ, ਅਤੇ ਹੋਰ ਕਿਹੜੀਆਂ ਗੱਲਾਂ ਨੇ ਜਿਨ੍ਹਾਂ 'ਤੇ ਪੰਜਾਬ ਦਾ ਹਰ ਵਰਗ ਅੱਜ ਦੁਖੀ ਹੈ? ਕਿਉਂ? ਕਿਉਂਕਿ ਮੁਲਾਜ਼ਮ ਵਰਗ ਦੀ ਲਓ, ਪੈਸੇ ਦੀ ਘਾਟ ਕਰਕੇ ਸਾਡੇ ਬੜੇ ਮਸਲੇ ਉਲਝੇ ਪਏ ਨੇ। ਜਿਵੇਂ ਤੁਸੀਂ, ਹਾਂਜੀ, ਆਪਾਂ ਜਦੋਂ ਮੁਲਾਜ਼ਮਾਂ ਦੀ ਗੱਲ ਆਉਂਦੀ ਹੈ ਅਤੇ ਉਹ ਤੋਂ ਪਹਿਲਾਂ ਥੋੜ੍ਹੀ ਜਿਹੀ ਗੱਲ ਕਰਦੇ ਹਾਂ। ਹਾਂਜੀ, ਸਿਹਤ ਸੇਵਾਵਾਂ ਦੀ ਗੱਲ ਕਰਦੇ, ਤੁਸੀਂ ਸਿਹਤ ਵਿਗਿਆਨ ਕੇਂਦਰ ਦੇ ਮੈਂਬਰ ਵੀ ਹੋ। ਹਾਂਜੀ, ਅਤੇ ਚਲੋ ਮੁਲਾਜ਼ਮ ਦੀ ਗੱਲ ਆਪਾਂ ਬਾਅਦ 'ਚ ਕਰਾਂਗੇ। ਸਿਹਤ ਵਿਗਿਆਨ ਕੇਂਦਰ ਨੇ ਇਸ 2023 'ਚ ਕਿੱਥੋਂ ਤੱਕ ਜਿਹੜੀਆਂ ਮੰਜ਼ਿਲਾਂ ਜਿਹੜੀਆਂ ਸਰ ਕੀਤੀਆਂ ਨੇ, ਜਾਂ ਉਹਨਾਂ ਲਈ ਕੀ ਤੁਸੀਂ ਕਹਿਣਾ ਚਾਹੋਗੇ, ਤੁਸੀਂ ਉਹਦੇ ਮੈਂਬਰ ਹੋ, ਕਿ ਕੀ ਜਿਹੜੀਆਂ ਸਾਡੀਆਂ ਜ਼ਿੰਮੇਵਾਰੀਆਂ ਸੀਗੀਆਂ ਵੀ ਅਸੀਂ ਸਿਹਤ ਸਭਾਵਾਂ ਪੰਜਾਬੀ ਮਾਂ ਬੋਲੀ ਲਈ, ਪੰਜਾਬੀ ਸਿਹਤ ਸਭਾ ਲਈ ਜਾਂ ਪੰਜਾਬੀ ਦੇ ਵਿਕਾਸ ਵਾਸਤੇ ਯਤਨ ਕਰਾਂਗੇ, ਉਹਦੇ 'ਚ ਸਾਡੀ ਸਿਹਤ ਵਿਗਿਆਨ ਕੇਂਦਰ ਕਿੰਨਾ ਕੁ ਸਕਸੈਸ ਹੋਇਆ? ਦੇਖੋ ਜੀ ਲਹਿਰ ਸਾਹਿਬ, ਸਿਹਤ ਵਿਗਿਆਨ ਕੇਂਦਰ ਹਰ ਮਹੀਨੇ ਆਪਣੀ ਇੱਕ ਮੀਟਿੰਗ ਕਰਦਾ ਹੈ, ਕਵੀ ਦਰਬਾਰ ਕਰਦਾ ਹੈ, ਉਹਦੇ ਵਿੱਚ ਪੰਜਾਬੀ ਦੀ ਗੱਲ ਵਧੀਆ ਵੱਧ ਚੜ੍ਹ ਕੇ ਹੁੰਦੀ ਹੈ। ਜਿੰਨੇ ਵੀ ਉਹਦੇ ਮੈਂਬਰ ਨੇ
ਉਹ ਆਪੋ ਆਪਣੀਆਂ ਰਚਨਾਵਾਂ ਪੇਸ਼ ਕਰਦੇ ਨੇ, ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਨੇ, ਸਰਕਾਰਾਂ ਤੱਕ ਵੀ ਉਹਨਾਂ ਦੀ ਗੱਲ ਪਹੁੰਚਦੀ ਹੈ, ਉਹ ਯਤਨ ਕਰ ਰਹੇ ਨੇ ਜੀ। ਪਰ ਸਰਕਾਰਾਂ ਦਾ ਜਿਹੜਾ ਟ੍ਰੈਂਡ ਹੈ ਜੀ, ਉਹ ਆਪਣੀ ਮਾਂ ਬੋਲੀ ਵੱਲ ਨੈਗੇਟਿਵ ਹੈ ਜੀ। ਜਿਵੇਂ ਮੈਂ ਪਹਿਲਾਂ ਦੱਸਿਆ ਵੀ ਇੱਥੇ ਲੰਮਾ ਸਮਾਂ ਸਰਕਾਰ ਅਤੇ ਆਪਣਾ ਅਕਾਲੀਆਂ ਅਤੇ ਕਾਂਗਰਸ ਦਾ ਸਰਕਾਰਾਂ ਰਹੀਆਂ ਨੇ, ਪਰ ਉਹਨਾਂ ਨੇ ਪੰਜਾਬੀ ਮਾਂ ਬੋਲੀ ਵੱਲ ਬਿਲਕੁਲ ਧਿਆਨ ਨਹੀਂ ਦਿੱਤਾ। ਇੱਥੋਂ ਤੱਕ ਮੈਨੂੰ ਕਹਿਣ 'ਚ ਕੋਈ ਹਰਜ ਨਹੀਂ ਕਿ ਜਿਹੜੇ ਵੱਡੇ ਵੱਡੇ ਪ੍ਰਾਈਵੇਟ ਸਕੂਲ ਨੇ ਜੀ, ਬੜਾ ਦੁੱਖ ਹੁੰਦਾ ਉਦੋਂ ਜਦੋਂ ਉੱਥੇ ਜਦੋਂ ਬੱਚਾ ਪਹਿਲੀ ਜਮਾਤ ਦੇ ਵਿੱਚ ਦਾਖਲ ਹੁੰਦਾ, ਉੱਥੇ ਪੰਜਾਬੀ ਅਗਲੇ ਸਾਲ ਤੋਂ ਲਾਈ ਜਾਂਦੀ ਹੈ ਅਤੇ ਹਿੰਦੀ ਅਤੇ ਅੰਗਰੇਜ਼ੀ ਉਹ ਪਹਿਲੇ ਸਾਲ ਤੋਂ ਹੀ ਲਾਏ ਜਾਂਦੇ ਨੇ। ਉਦੋਂ ਉਹਦਾ ਨੁਕਸਾਨ ਕੀ ਹੁੰਦਾ ਪੰਜਾਬ ਦੇ ਬੱਚਿਆਂ ਨੂੰ ਕਿ ਉਹ ਹਿੰਦੀ ਦਾ ਫਲੋ ਇੰਨਾ ਉਹਦਾ ਇੰਨਾ ਬਣ ਜਾਂਦਾ ਹੈ ਕਿ ਪੰਜਾਬੀ ਉਹਦੇ ਥੱਲੇ ਦੱਬ ਕੇ ਰਹਿ ਜਾਂਦੀ ਹੈ। ਅਸੀਂ ਮੋਹਾਲੀ 'ਚ ਰਹਿੰਦੇ ਹਾਂ, ਇਹ ਗੱਲ ਨੂੰ ਉਠਾਇਆ ਹੋਇਆ ਵੀ ਜਿਹੜੇ ਕੌਨਵੈਂਟ ਸਕੂਲ ਨੇ ਜਾਂ ਵੱਡੇ ਸਕੂਲ ਨੇ ਜਿੱਥੇ ਬੜੀਆਂ ਭਰਮੀਆਂ ਫੀਸਾਂ ਨੇ, ਉੱਥੇ ਉਹਨਾਂ ਦੇ ਪ੍ਰਿੰਸੀਪਲਾਂ ਨਾਲ ਉੱਥੇ ਦੀ ਮੈਨੇਜਮੈਂਟਾਂ ਨਾਲ ਗੱਲ ਕਰੀਏ, ਕੀਤੀ ਵੀ ਹੈ ਹੈ, ਅਤੇ ਸਰਕਾਰਾਂ ਤੱਕ ਵੀ ਅਸੀਂ ਆਪਣੇ ਪ੍ਰੈਸ ਨੋਟਾਂ ਰਾਹੀਂ ਇਹ ਬਿਆਨ ਦਿੰਦੇ ਹਾਂ ਵੀ ਤੁਸੀਂ ਆਪਣੀ ਮਾਂ ਬੋਲੀ ਨੂੰ ਕੌਨਵੈਂਟਾਂ ਦੇ ਕੌਨਵੈਂਟ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਦਾਖਲ ਕਰਕੇ ਨਾ ਰੋਲੋ, ਕਿਉਂਕਿ ਇਹ ਗੱਲ ਸਪਸ਼ਟ ਹੈ ਕਿ ਜੇ ਅਸੀਂ ਆਪਣੀ ਮਾਂ ਬੋਲੀ ਨਾਲ ਟੁੱਟ ਜਾਵਾਂਗੇ ਤਾਂ ਅਸੀਂ ਆਪਣੇ ਵਿਰਸੇ ਨਾਲੋਂ ਵੀ ਟੁੱਟ ਜਾਵਾਂਗੇ। ਬਿਲਕੁਲ ਬਿਲਕੁਲ ਜੀ, ਜੇ ਅਸੀਂ ਆਪਣੇ ਵਿਰਸੇ ਨਾਲੋਂ, ਕਿਉਂਕਿ ਸਾਡਾ ਜਿਹੜਾ ਵਿਰਸਾ ਸ਼ਾਇਦ ਦੁਨੀਆ ਵਿੱਚ ਸਭ ਤੋਂ ਗੌਰਵਸ਼ਾਲੀ ਵਿਰਸੇ ਦਾ ਅਸੀਂ ਮਾਲਕ ਹਾਂ, ਅਤੇ ਸਾਡੀਆਂ ਸਰਕਾਰਾਂ ਦੀ ਇਹ ਨੀਤੀ ਹੈ ਸੈਂਟਰ ਗੌਰਮੈਂਟ ਦੀ ਤਾਂ ਕਿ ਇਹਨਾਂ ਨੂੰ ਇਹਨਾਂ ਦੀ ਭਾਸ਼ਾ ਖੋਲੋ, ਇਹਨਾਂ ਦੀ ਵਿਰਾਸਤ ਖੋਲੋ ਅਤੇ ਇਹਨਾਂ ਨੂੰ ਹੱਥਾਂ ਕਰ ਦਿਓ। ਜਦੋਂ ਕਿਸੇ ਵੀ ਕੌਮ ਤੋਂ ਉਹਨਾਂ ਦੀ ਭਾਸ਼ਾ ਖੋਈ ਜਾਂਦੀ ਹੈ, ਇਹ ਸਮਝ ਲਓ ਕੌਮ ਦਾ ਖਾਤਮਾ ਸ਼ੁਰੂ ਹੋ ਗਿਆ ਹੋ ਜਾਂਦਾ। ਹਾਂਜੀ, ਅਤੇ ਮਗਜੋਲ ਸਾਹਿਬ ਤੁਸੀਂ ਹੁਣ ਆਪਾਂ ਗੱਲ ਕਰਦੇ ਹਾਂ ਮੁਲਾਜ਼ਮ ਧਿਰਾਂ ਦੀ। ਹਾਂਜੀ, ਕਿ ਅੱਜ ਮੁਲਾਜ਼ਮ ਧਿਰਾਂ ਜਿਹੜੀਆਂ ਨੇ ਉਹਨਾਂ 'ਚ ਜਿਹੜੀ ਹੈ ਅਸ਼ਾਂਤੀ ਪਾਈ ਜਾਂਦੀ ਹੈ। ਹਾਂਜੀ, ਹਰ ਮੋੜ ਦੇ ਉੱਤੇ ਕਿਤੇ ਨਾ ਕਿਤੇ, ਚਾਹੇ ਉਹ ਸੈਕਟਰੀਏਟ ਦੇ ਮੁਲਾਜ਼ਮ ਨੇ, ਚਾਹੇ ਉਹ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਨੇ, ਚਾਹੇ ਉਹ ਬਿਜਲੀ ਕਾਮੇ ਨੇ, ਜਾਂ ਹੋਰ ਜਿਹੜੇ ਸਾਡੇ ਜਿਹੜੇ ਮਿਨਿਸਟਰ ਸਟਾਫ ਐਸੋਸੀਏਸ਼ਨਾਂ ਦੇ ਮੁਲਾਜ਼ਮ ਨੇ, ਅੱਜ ਸਾਰੇ ਜਿਹੜੇ ਨੇ 2000 ਜਿਹੜੀ ਸਾਡੀ ਸੌਰੀ ਜਿਹੜੀ ਅਸੀਂ 6ਵਾਂ ਤਨਖਾਹ ਕਮਿਸ਼ਨ ਸੀ ਉਹਦੇ ਕੁਛ ਬਕਾਏ ਰਹਿ ਗਏ, ਔਰ ਸਾਰੇ ਦੇਸ਼ ਦੇ ਅੰਦਰ ਜਿਹੜੇ ਮਹਿੰਗਾਈ ਭੱਤੇ ਦੀਆਂ ਹੁਣ ਤੱਕ ਦੀਆਂ ਕਿਸ਼ਤਾਂ ਉਹਨਾਂ ਸਾਰੀਆਂ ਦੇ ਦਿੱਤੀਆਂ, ਕਿ ਪੰਜਾਬ ਦੇ ਅੰਦਰ ਕਿਉਂ ਨਹੀਂ ਇੱਦਾਂ ਦਾ ਕੀ ਹੋਇਆ, ਕਿਉਂ ਨਹੀਂ ਪੰਜਾਬ ਨੂੰ ਅਜੇ ਡੀਏ ਦੀਆਂ ਜਿਹੜੀਆਂ ਕਿਸ਼ਤਾਂ ਨਹੀਂ ਦਿੱਤੀਆਂ ਗਈਆਂ, ਉਹਨਾਂ ਦੇ ਬਕਾਏ ਜਿਹੜੇ ਸੀ 6ਵੇਂ ਤਨਖਾਹ ਕਮਿਸ਼ਨ ਦੇ ਉਹ ਨਹੀਂ ਦਿੱਤੇ ਗਏ, ਇਹਦੇ ਪਿੱਛੇ ਕੀ ਕਾਰਨ ਕੀ ਨੇ? ਦੇਖੋ ਜੀ, ਇਹਦੇ ਪਿੱਛੇ ਕਾਰਨ ਤਾਂ ਇਹੀ ਹੈ ਵੀ ਜਿਹੜੀ ਪਿਛਲੀਆਂ ਸਰਕਾਰਾਂ ਨੇ ਸਾਡੀਆਂ ਦੇਣਦਾਰੀਆਂ ਇੰਨੀਆਂ ਵਧਾ ਦਿੱਤੀਆਂ, ਇੰਨਾ ਪੰਜਾਬ ਨੂੰ ਸਪਸ਼ਟ ਆਪਾਂ ਕਹਿੰਦੇ ਹਾਂ ਵੀ ਪੰਜਾਬ ਨੂੰ ਇੰਨਾ ਲੁੱਟ ਲਿਆ ਉਹਨਾਂ ਨੇ ਕਿ ਜਿਹੜੀਆਂ ਕਰਜ਼ੇ ਦੀਆਂ ਪੰਡਾਂ ਬੜੀਆਂ ਭਾਰੀ ਸਾਡੇ ਪੰਜਾਬ ਸਰਕਾਰ ਦੇ ਉੱਤੇ ਪਈਆਂ ਨੇ, ਉਹਨਾਂ ਦੀਆਂ ਕਿਸ਼ਤਾਂ ਦੇਣ ਦੇ ਵਿੱਚ ਉਹ ਸਾਡੀ ਸਰਕਾਰ ਇਹ ਉਲਝੀ ਹੋਈ ਹੈ, ਭਾਵੇਂ ਇਹ ਕਿਸੇ ਹੱਦ ਤੱਕ ਦੂਜੀਆਂ ਸਰਕਾਰਾਂ ਨੂੰ, ਮੈਂ ਇਹਨਾਂ ਨੂੰ ਚੰਗਾ ਸਮਝਦਾ ਵੀ ਜਿਹੜਾ CM ਹੈ ਉਹ ਉਹਨਾਂ ਦੇ ਉਹਨਾਂ ਰਸਤੇ 'ਤੇ ਨਹੀਂ ਚੱਲਿਆ ਹੋਇਆ ਜਿਹਨਾਂ 'ਤੇ ਅਮਰਿੰਦਰ ਸਿੰਘ ਵਰਗੇ ਜਾਂ ਬਾਦਲ ਵਰਗੇ ਚੱਲੇ ਹੋਏ ਸੀ, ਭਾਵ ਲੁੱਟਣ 'ਤੇ ਲੱਗੇ ਹੋਏ ਸੀ। ਪਰ ਜਦੋਂ 27,000 ਕਰੋੜ ਰੁਪਈਆ ਸਿਰਫ ਪਿਛਲੇ ਕਰਜ਼ਿਆਂ ਦਾ ਹੀ ਸਾਡੀ ਮੌਜੂਦਾ ਸਰਕਾਰ ਨੂੰ ਦੇਣਾ ਪੈ ਰਿਹਾ ਹੋਵੇ ਤਾਂ ਫਿਰ ਇਹ ਗੱਲਾਂ ਤਾਂ ਪਿੱਛੇ ਰਹਿ ਜਾਂਦੀਆਂ ਨੇ, ਕਿਉਂਕਿ ਜੇ ਹੋਰ ਕਰਜ਼ਾ ਲੈਣਾ ਹੋਵੇ ਜਾਂ ਪਿਛਲਾ ਕਰਜ਼ਾ ਮੋੜਨਾ ਹੋਵੇ ਇਹ ਜ਼ਰੂਰੀ ਗੱਲਾਂ ਹੁੰਦੀਆਂ ਨੇ ਡਿਵੈਲਪਮੈਂਟ ਦੇ ਵਿੱਚ, ਪਰ ਸਾਡੀਆਂ ਸਾਡੀ ਮੌਜੂਦਾ ਸਰਕਾਰ ਇਸੇ ਵਿੱਚ ਉਲਝੀ ਹੋਈ ਹੈਗੀ। ਗੱਲ ਜੇ ਗੱਲ ਕਰਦੇ ਹਾਂ ਕਿ ਪੰਜਾਬ ਦੇ
ਮੁਲਾਜ਼ਮਾਂ ਦਾ ਜਿਹੜਾ ਜਿਨ੍ਹਾਂ ਨੇ ਸਰਕਾਰ ਨੂੰ ਚਲਾਉਣਾ ਹੁੰਦਾ, ਚੋਣਾਂ 'ਚ ਵੀ ਇਹੀ ਕੰਮ ਕਰਦੇ ਨੇ, ਦਫ਼ਤਰਾਂ 'ਚ ਵੀ ਇਹੀ ਕੰਮ ਕਰਦੇ ਨੇ, ਇਹਨਾਂ ਰਾਜਨੀਤਿਕ ਆਗੂਆਂ ਦੇ ਸਮੁੱਚੇ ਜਿਹੜੇ ਕੰਮ ਨੇ, ਦਫ਼ਤਰੀ ਕੰਮ ਨੇ, ਉਹਨਾਂ ਦੀ ਸਾਰੀ ਜ਼ਿੰਮੇਵਾਰੀ ਮੁਲਾਜ਼ਮਾਂ ਦੇ ਸਿਰ ਦੇ ਉੱਤੇ, ਅਤੇ ਅੱਜ ਮੁਲਾਜ਼ਮ ਜਿਹੜੇ ਨੇ ਉਹ ਮਤਲਬ ਦੁਰਕਾਰੇ ਜਾ ਰਹੇ ਨੇ। ਅਗਰ ਮੁਲਾਜ਼ਮ ਕੋਈ ਮੰਗ ਕਰਦਾ ਤੇ ਉਹਦੇ ਉੱਤੇ ਨਾਸਾ ਜਾਂ ਆਸਮਾ ਲਾ ਦਿੱਤਾ ਜਾਂਦਾ। ਦੂਸਰੇ ਪਾਸੇ ਜੇ ਫੰਡਾਂ ਦੀ ਘਾਟ ਹੋਵੇ, ਜੇ ਫੰਡ ਹੀ ਨਹੀਂ ਹੈਗੇ ਸਿਰਫ ਮੁਲਾਜ਼ਮਾਂ ਵਾਸਤੇ, ਨਹੀਂ ਕਿ ਜੇ 750 ਕਰੋੜ ਰੁਪਈਆ ਬੋਰਡਾਂ ਵਾਸਤੇ ਪੰਜਾਬ ਸਰਕਾਰ ਆਪਣੀ ਮਸ਼ਹੂਰੀ ਵਾਸਤੇ ਲਾ ਸਕਦੀ ਹੈ, ਤੇ ਕਿ 750 ਕਰੋੜ 'ਚੋਂ ਮੁਲਾਜ਼ਮਾਂ ਨੂੰ ਨਹੀਂ ਸੀ ਦਿੱਤਾ ਜਾ ਸਕਦਾ? ਬਿਲਕੁਲ ਠੀਕ ਬਣਦਾ ਤੇ ਸੀ ਨਾ। ਇਹਦੇ ਵਿੱਚ ਗੱਲ ਇਹ ਹੈ ਜੀ ਵੀ ਇਹਦੇ ਵਿੱਚ ਕੋਈ ਦੌਰਾਵਾਂ ਨੇ ਵੀ ਸਰਕਾਰ ਨੂੰ ਚਲਾਉਂਦੇ ਮੁਲਾਜ਼ਮ ਹੁੰਦੇ ਨੇ? ਬਿਲਕੁਲ, ਇਹਦੇ ਵਿੱਚ ਤਾਂ ਕੋਈ ਦੌਰਾਵਾਂ ਨੇ, ਪਰ ਇਹ ਸਾਡੀਆਂ ਬਹੁਤ ਜ਼ਰੂਰੀ ਮੰਗਾਂ ਨੇ, ਇਹਦੇ ਉੱਤੇ ਸਰਕਾਰ ਨੂੰ ਸੋਚਣਾ ਚਾਹੀਦਾ। ਵੱਡੇ ਵੱਡੇ ਮੁਜ਼ਾਹਰੇ ਵੀ ਹੋ ਰਹੇ ਨੇ, ਆ ਪਿੱਛੇ ਤੁਹਾਨੂੰ ਪਤਾ ਹੀ ਹੈ 2-3 ਦਿਨ ਦੀ ਸਟ੍ਰਾਈਕ ਚੱਲੀ ਸੀ, ਉੱਥੇ ਫਿਰ ਗੱਲ ਇਹੀ ਆ ਜਾਂਦੀ ਹੈ ਕਿ ਥੋੜ੍ਹਾ ਜਿਹਾ ਦੇ ਦਿੰਦੇ ਨੇ। ਜਿਵੇਂ ਹੁਣ 12% ਸਰਕਾਰਾਂ ਵੱਲ ਸਾਡਾ ਡਿਊ ਸੀਗਾ DA, ਉਹ 4% ਦੇ ਕੇ ਟਾਲਤਾ। ਇਹ ਟਾਲਣ ਵਾਲੀ ਗੱਲ ਹੀ ਸੀ ਕਿਉਂਕਿ ਇੱਦੋਂ ਘੱਟ ਤਾਂ ਉਹ ਦੇ ਨਹੀਂ ਸਕਦੇ। ਅਤੇ ਸਭ ਤੋਂ ਜਿਹੜੀ ਵੱਡੀ ਅਹਿਮ ਗੱਲ ਹੈ, ਉਹ ਸਾਡਾ ਜਿਹੜਾ 1-1 16 ਤੋਂ ਬਕਾਇਆ ਪਿਆ ਹੈਗਾ, ਉਹ ਬਹੁਤ ਸਾਡੇ ਲਈ ਅਰਥ ਰੱਖਦਾ, ਕਿਉਂਕਿ ਸਾਡੀ ਆਰਥਿਕ ਹਾਲਤ ਨੂੰ ਸੁਧਾਰਨ ਦੇ ਵਿੱਚ ਉਹਦਾ ਬਹੁਤ ਵੱਡਾ ਰੋਲ ਹੈ। ਪਰ ਕਿਉਂਕਿ ਇੱਥੇ ਮੈਨੂੰ ਇਹ ਵੀ ਕਹਿਣਾ ਕੋਈ ਹਰਜ ਨਹੀਂ ਕਿ ਸਾਡੇ ਜਿਹੜੇ ਕੇਂਦਰ ਦੀ ਸਰਕਾਰ ਹੈ, ਜਿਵੇਂ ਪਹਿਲਾਂ ਵੀ ਦੱਸਿਆ ਜਾ ਚੁੱਕਾ ਹੈ, ਉਹ ਪੰਜਾਬ ਨਾਲ ਪੈਰ ਪੈਰ 'ਤੇ ਵਿਤਕਰਾ ਕਰ ਰਹੀ ਹੈ ਹਰ ਇੱਕ ਖੇਤਰ ਦੇ ਵਿੱਚ। ਇਹ ਨਹੀਂ ਹੈਗਾ ਇੱਕ ਖੇਤਰ ਦੇ ਵਿੱਚ, ਜਿਵੇਂ ਜਿਹੜੇ ਉੱਥੋਂ ਫੰਡ ਮਿਲਣੇ ਹੁੰਦੇ ਨੇ, ਜਿਵੇਂ RDF ਹੈ ਜਾਂ ਹੈਲਥ ਬਾਰੇ ਪੈਸਾ 700 ਕਰੋੜ, RDF ਦਾ 5600 ਕਰੋੜ ਰੁਪਇਆ ਰੋਕ ਰੱਖਿਆ, ਟੋਟਲ 11-12 ਹਜ਼ਾਰ ਕਰੋੜ ਰੁਪਈਆ ਬਣਦਾ। ਹੁਣ ਇੱਕ ਪਾਸੇ ਸਰਕਾਰ ਨੇ ਡਿਵੈਲਪਮੈਂਟ ਕਰਨੀ ਹੈ, ਇੱਕ ਪਾਸੇ ਮੁਲਾਜ਼ਮਾਂ ਨੂੰ ਪੈਸੇ ਵੀ ਦੇਣੇ ਨੇ। ਹੁਣ ਉਹ ਇਸ ਚੱਕਰ ਵੀ ਉਹਦੇ ਵਿੱਚ ਫਸੀ ਹੋਈ ਹੈ ਵੀ ਕਿਹੜਾ ਕੰਮ ਪਹਿਲਾਂ ਕਰੀਏ। ਨਹੀਂ, ਪਰ ਇੱਕ ਦੂਜੀ ਗੱਲ ਬਾਜੀਵਾਲ ਸਾਹਿਬ, ਇਹ ਵੇਖੋ, ਹਾਂਜੀ, ਇੱਕ ਪਾਸੇ ਤਾਂ ਮੁਲਾਜ਼ਮ ਨੇ, ਮੁਲਾਜ਼ਮਾਂ ਦਾ ਤਾਂ ਅਸੀਂ ਬਕਾਇਆ ਵੀ ਰੋਕ ਲਿਆ, ਮੁਲਾਜ਼ਮਾਂ ਦਾ DA ਵੀ ਰੋਕ ਲਿਆ, ਪਰ ਦੂਜੇ ਪਾਸੇ ਅਸੀਂ ਤੀਰਥ ਯਾਤਰਾ ਜਿਹੜੀ ਫ੍ਰੀ ਕਰਾਉਣ ਜਾ ਰਹੇ ਹਾਂ, ਦੂਜੇ ਪਾਸੇ ਆਪਾਂ ਰੋਡਵੇਜ਼ ਦੀ ਜਿਹੜੀ ਉਹ ਸਾਡੀਆਂ ਔਰਤਾਂ ਨੇ 18 ਸਾਲ ਤੋਂ ਲੈ ਕੇ ਜਾਂ ਉੱਪਰ ਤੱਕ, ਚਾਹੇ ਉਹ ਵਿੱਚੋਂ ਉਹਨਾਂ ਦੇ ਮੁਲਾਜ਼ਮ ਵੀ ਔਰਤਾਂ ਨੇ, ਸਭ ਕੁਛ ਔਰਤਾਂ ਨੇ, 70-70 ਹਜ਼ਾਰ ਦਾ ਉਹ ਪਰਸ ਵੀ ਪਾਈ ਫਿਰਦੇ। ਇੱਕ ਪਾਸੇ ਤਾਂ ਆਪਾਂ ਉਹਨਾਂ ਨੂੰ ਮਤਲਬ ਫ੍ਰੀ ਸਾਰਾ ਕੁਛ ਦੇ ਰਹੇ ਹਾਂ, ਅਤੇ ਦੂਜੇ ਪਾਸੇ ਜਿਹੜੇ ਕੰਮ ਕਰ ਰਹੇ ਨੇ ਬੰਦੇ, ਉਹਨਾਂ ਵਾਸਤੇ ਫੰਡ ਕਿੱਥੇ ਚੱਲ ਗਏ? ਉੱਥੇ ਆਪਾਂ ਸੈਂਟਰ ਗੌਰਮੈਂਟ ਜੋੜਤਾ। ਇਹਦੇ ਵਿੱਚ ਠੀਕ ਹੈ ਜੀ ਗੱਲ ਇਹ ਵੀ ਜਿੱਥੇ ਸੈਂਟਰ ਗੌਰਮੈਂਟ ਕੁਝ ਗੱਲਾਂ ਲਈ ਜ਼ਿੰਮੇਵਾਰ ਹੈ, ਉੱਥੇ ਪੰਜਾਬ ਸਰਕਾਰ ਵੀ ਜਿਹੜੀਆਂ ਫ੍ਰੀ ਦੀਆਂ ਰਿਓੜੀਆਂ ਵੰਡ ਰਹੇ ਨੇ ਉਹ ਜ਼ਿੰਮੇਵਾਰ ਹੈ। ਜੇ ਜਿਹੜੀ ਯਾਤਰੀ ਸਕੀਮ ਹੈ ਧਾਰਮਿਕ ਸਥਾਨਾਂ 'ਤੇ ਯਾਤਰਾ ਕਰਾਉਣ ਦੀ, ਮੇਰਾ ਖਿਆਲ ਹੈ ਇਹ ਬਿਲਕੁਲ ਗੈਰ ਜ਼ਰੂਰੀ ਹੈ। ਬਿਲਕੁਲ 100% ਇੱਕ ਇਹਨੇ ਇਹ 50-50% ਦੀ 100% ਜਿਹਨੇ ਜਿਹਦੀ ਕੋਈ ਆਸਤਾ ਜਿੱਥੇ ਉਹ ਜਾਵੇ, ਜੇ ਨਹੀਂ ਆਸਤਾ ਨਹੀਂ ਜਾਊਗਾ। ਅਤੇ ਸਾਨੂੰ ਜੇ 40 ਕਰੋੜ ਰੁਪਈਆ ਖਰਚ ਕਰਨ ਦਾ ਇਹਨੇ ਪਹਿਲਾਂ ਬਜਟ ਰੱਖਿਆ, 40 ਕਰੋੜ ਦੇ ਵਿੱਚ ਘੱਟੋ ਘੱਟ 1-2 ਜ਼ਿਲ੍ਹਿਆਂ ਦੀਆਂ ਸੜਕਾਂ ਤਾਂ ਸਾਡੀਆਂ ਹੋ ਸਕਦੀਆਂ ਨੇ। ਇਹ ਬਿਲਕੁਲ ਅਸੀਂ ਇਸ ਦੀ ਨਿੰਦਿਆ ਕਰਦੇ ਹਾਂ, ਹੈਂ। ਅਤੇ ਹੋਰ ਵੀ ਜਿਹੜੀਆਂ ਫ੍ਰੀ ਵਾਲੀਆਂ ਗੱਲਾਂ ਨੇ, ਜਿਵੇਂ ਲੇਡੀਜ਼ ਨੂੰ ਫ੍ਰੀ ਸਫ਼ਰ ਕਰਨ ਦੀ ਇਜਾਜ਼ਤ ਹੈ,
ਘੱਟੋ ਘੱਟ ਜਿਹੜੀਆਂ ਸਰਕਾਰੀ ਮੁਲਾਜ਼ਮ ਨੇ ਲੇਡੀਜ਼, ਬਿਲਕੁਲ ਉਹਨਾਂ ਨੂੰ ਤਾਂ ਇਹ ਸਹੂਲਤ ਵਾਪਸ ਲੈ ਲੈਣੀ ਚਾਹੀਦੀ ਹੈ। 60 ਤੋਂ ਉੱਪਰ ਜਿਹੜੀਆਂ ਨੇ ਔਰਤਾਂ ਨੂੰ, ਬਜ਼ੁਰਗ ਔਰਤਾਂ ਨੂੰ ਇਹ ਸਹੂਲਤ ਦਿੱਤੀ ਜਾ ਸਕਦੀ ਸੀ, ਤੇ ਥੱਲੜਿਆਂ ਨੂੰ ਕਹਦੇ ਲਈ? ਹੁਣ ਜਦੋਂ ਇੱਕ ਲੇਡੀ ਮੁਲਾਜ਼ਮ ਲੇਡੀ 80,000 ਰੁਪਇਆ ਮਹੀਨੇ ਦਾ ਤਨਖਾਹ ਲੈ ਕੇ, ਉਹ ਸਾਡੀ ਸਰਕਾਰ ਤੇ ਕਿਰਾਏ ਦਾ 100 ਰੁਪਇਆ ਲੱਗਦਾ ਹੋਊ ਕਿਤੇ ਨਾ ਕਿਤੇ ਆਉਣ ਜਾਣ ਦਾ, 100 ਜਾਂ 150 ਵੱਧ ਤੋਂ ਵੱਧ, ਜਿਹਨੂੰ 3,000 ਰੁਪਇਆ ਮਿਲਦਾ ਹੈ ਤਾਂ ਉਹ 100-150 ਕਿਰਾਏ ਦਾ ਆਰਾਮ ਨਾਲ ਲਾ ਸਕਦੀ ਹੈ। ਇਹ ਇਹੀ ਸਹੂਲਤ ਕਿਸੇ ਹੋਰ ਨੂੰ ਦਿੱਤੀ ਜਾ ਸਕਦੀ ਹੈ। ਸੋ ਸਰਕਾਰ ਨੂੰ ਇਹ ਸਖ਼ਤ ਸਟੈਂਡ ਲੈਂਦੇ ਹੋਏ ਇਹ ਸਕੀਮ ਵਾਪਸ ਕਰਕੇ ਲੋੜਵੰਦਾਂ ਨੂੰ ਦੇਣੀ ਚਾਹੀਦੀ। ਔਰ ਇੱਕ ਸਵਾਲ ਮੈਂ ਹੋਰ ਵੀ, ਤੁਸੀਂ ਮੁਲਾਜ਼ਮ ਧਿਰਾਂ ਦੇ ਕਿਉਂਕਿ ਪੈਨਸ਼ਨਰ ਨਾਲ ਜੁੜੇ ਹੋਏ ਹੋ, ਇੱਕ ਪੈਨਸ਼ਨ ਦੇ ਜਿਹੜਾ ਸਾਡਾ 2004 ਤੋਂ ਪਹਿਲਾਂ ਜਿਹੜੀ ਪੈਨਸ਼ਨ ਸੀ, ਪੁਰਾਣੀ ਸਕੀਮ ਚੱਲੀ ਸੀ, ਉਹਦੀ ਮੁਲਾਜ਼ਮ ਧਿਰਾਂ ਹੁਣ ਤੱਕ ਮੰਗ ਕਰਦੀਆਂ ਰਹੀਆਂ। ਚੋਣਾਂ ਦੇ ਦੌਰਾਨ 2022 ਤੋਂ ਪਹਿਲਾਂ ਇੱਕ ਵਾਅਦਾ ਕੀਤਾ ਸੀ ਸਰਕਾਰ ਨੇ, ਔਰ 22 ਨਵੰਬਰ 2022 'ਚ ਇੱਕ ਸਰਕੂਲਰ ਕਰ ਦਿੱਤਾ ਸੀ ਵੀ ਜਿਹੜੀ ਪੈਨਸ਼ਨ 2004 ਤੋਂ ਪਹਿਲੀ ਜਿਹੜੀ ਪੈਨਸ਼ਨ ਸਕੀਮ ਆ ਉਹਨੂੰ ਬਹਾਲ ਕੀਤਾ ਜਾਊਗਾ। ਔਰ ਇਸੇ ਨਾਤੇ ਜਿਹੜਾ ਸੀ ਸਾਡਾ ਗੁਆਂਢੀ ਸੂਬਾ ਹਿਮਾਚਲ ਪ੍ਰਦੇਸ਼, ਉਹਨਾਂ ਨੇ ਵੀ ਸਾਡੀ ਨਕਲ ਕਰਕੇ ਅਤੇ ਇਹਨੂੰ ਜਿਹੜਾ ਉਹ ਲਾਗੂ ਕਰ ਲਈ ਉੱਥੇ ਚੋਣਾਂ ਦੀ ਵਿੱਚ, ਉਹਨਾਂ ਨੇ ਵਰਤਣ ਦਾ ਯਤਨ ਕੀਤਾ, ਜਦੋਂ ਕਿ ਉਹ ਸੂਬਾ ਸਰਕਾਰ ਨੇ ਬਾਅਦ 'ਚ ਨੋਟੀਫਿਕੇਸ਼ਨ ਕਰਕੇ ਉਹ ਲਾਗੂ ਵੀ ਕਰ ਦਿੱਤਾ ਕਿ ਪੰਜਾਬ ਗਵਰਨਮੈਂਟ ਹੁਣ ਤੱਕ ਕਿਉਂ ਨਹੀਂ ਕਰ ਰਹੀ। ਦੇਖੋ ਇਹ ਇਹਨੂੰ ਆਪਾਂ ਵਾਅਦਾ ਖਿਲਾਫੀ ਕਹਿ ਸਕਦੇ ਹਾਂ ਜੀ, ਕਿਉਂਕਿ ਜਿਹੜੀ ਗੱਲ ਜ਼ਿੰਮੇਵਾਰ ਮਿਨਿਸਟਰ ਫਾਈਨਾਂਸ ਮਿਨਿਸਟਰ ਸੈਕਿੰਡ ਟੂ CM ਹੁੰਦਾ ਉਹਨੇ ਅਨਾਊਂਸ ਕੀਤੀ ਸੀ, ਸਰਕਾਰ ਦੀ ਅਨਾਊਂਸਮੈਂਟ ਹੋ ਗਈ, ਉਹ ਉਹਨੂੰ ਇਹ ਤਾਂ ਫੁੱਲ ਚੜਾਉਣੇ ਚਾਹੀਦੇ ਨੇ। ਇਹ ਸਾਡੇ ਮੁਲਾਜ਼ਮਾਂ ਵਿੱਚ ਜਿਨ੍ਹਾਂ ਨੂੰ 1-1-4 ਤੋਂ ਇਹ ਜਿਨ੍ਹਾਂ ਦਾ ਇਹ ਹੱਕ ਖੋਇਆ ਗਿਆ ਉਹਨਾਂ ਵਿੱਚ ਭਾਰੀ ਰੋਸ ਹੈ। ਅਸੀਂ ਚਾਹੇ ਪੈਨਸ਼ਨਰ ਹਾਂ, ਸਾਨੂੰ ਵਧੀਆ ਪੈਨਸ਼ਨ ਮਿਲਦੀ ਹੈ, ਪਰ ਅਸੀਂ ਉਹਨਾਂ ਦੇ ਇਸ ਸੰਘਰਸ਼ ਦੇ ਵਿੱਚ ਹਰ ਥਾਂ 'ਤੇ ਜਿੱਥੇ ਵੀ ਓਲਡ ਪੈਨਸ਼ਨ ਸਕੀਮ ਲਾਗੂ ਕਰਾਉਣ ਲਈ ਧਰਨੇ ਮੁਜ਼ਾਹਰੇ ਹੁੰਦੇ ਨੇ, ਅਸੀਂ ਉਹਨਾਂ ਦੇ ਨਾਲ ਹਮੇਸ਼ਾ ਜਾ ਕੇ ਖੜ੍ਹਦੇ ਹਾਂ। ਔਰ ਮੈਂ ਸਰਕਾਰ ਨੂੰ ਵੀ ਇਹ ਕਹਿਣਾ ਚਾਹੂੰ ਕਿ ਜੇ ਤੁਸੀਂ ਆਪਣੇ ਮੈਨੀਫੈਸਟੋ ਵਿੱਚ ਪਾਇਆ ਸੀ, ਸਰਕਾਰ ਬਣਨ ਤੋਂ ਬਾਅਦ ਇਹ ਅਨਾਊਂਸ ਵੀ ਕਰਤਾ, ਅਤੇ ਉਹਨੂੰ ਤੁਸੀਂ ਪ੍ਰੈਕਟੀਕਲ ਸ਼ੇਪ ਕਿਉਂ ਨਹੀਂ ਦੇ ਰਹੇ? ਇਹ ਇੱਕ ਬਹੁਤ ਵੱਡਾ ਸਵਾਲ ਹੈ ਜਿਹਦਾ ਖਮਿਆਜ਼ਾ ਤੁਹਾਨੂੰ ਆਉਣ ਵਾਲੀਆਂ ਵੋਟਾਂ 'ਚ ਭੁਗਤਣਾ ਪੈ ਸਕਦਾ। ਕੀ ਤੁਸੀਂ ਮੁਲਾਜ਼ਮ ਜਥੇਬੰਦੇ ਆਗੂ ਰਹੇ ਹੋ, ਅਤੇ ਮੁਲਾਜ਼ਮ ਜਥੇਬੰਦੀਆਂ ਨੂੰ ਤੁਸੀਂ ਕੀ ਸੁਨੇਹਾ ਕੀ ਦੇਣਾ ਚਾਹੁੰਦੇ ਹੋ, ਕੀ ਅਪੀਲ ਕਰਨਾ ਚਾਹੁੰਦੇ ਹੋ ਕਿ ਇਸ ਜਿਹੜੀਆਂ ਸਾਡੀਆਂ ਇੱਕ ਤਾਂ 2004 ਦੀ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਾਉਣਾ, ਜਾਂ DA ਦੇ ਜਿਹੜੇ ਬਕਾਇਆ ਸਾਡਾ ਜਿਹੜਾ ਬਣਦਾ 12% ਤੋਂ 8% ਹੋਰ ਰਹਿ ਗਿਆ ਮੇਰਾ ਖਿਆਲ, ਕਿ ਮੇਰਾ ਖਿਆਲ 12% ਹੀ ਰਹਿ ਗਿਆ, ਕਿ 16% ਸੀ ਮੇਰੇ ਹਿਸਾਬ ਨਾਲ ਜਿਹੜਾ ਵੀ ਬਕਾਇਆ ਚਲੋ ਰਹਿ ਗਿਆ ਉਹ, ਅਤੇ ਤੀਸਰਾ ਜਿਹੜਾ ਸਾਡਾ ਸੀ 6ਵੇਂ ਤਨਖਾਹ ਕਮਿਸ਼ਨ ਦਾ, ਕਿਉਂਕਿ 2016 ਤੋਂ ਲੈ ਕੇ 2024 8 ਸਾਲ ਦਾ ਪੀਰੀਅਡ ਹੋ ਗਿਆ, 8 ਸਾਲ ਦੇ ਵਿੱਚ ਖਜ਼ਾਨਾ ਜਿਹੜਾ ਕਦੇ ਭਰਿਆ ਹੀ ਨਹੀਂ, ਪੈਸੇ ਹੀ ਨਹੀਂ ਕਦੇ ਆਏ, ਉਹਨਾਂ ਦੀ ਬਹਾਲੀ ਲਈ ਸਾਨੂੰ ਕੀ ਯਤਨ ਕਰਨੇ ਚਾਹੀਦੇ ਸਾਡੇ ਜਥੇਬੰਦਕ? ਸਾਡੀਆਂ ਮੈਂ ਤਾਂ ਇਹ ਅਪੀਲ ਕਰੂੰਗਾ ਸਾਡੀਆਂ ਪੰਜਾਬ ਦੀਆਂ ਜਥੇਬੰਦੀਆਂ ਨੂੰ ਜਿਹੜੀਆਂ ਵੱਡੇ ਪੱਧਰ 'ਤੇ ਕੰਮ ਕਰ ਰਹੀਆਂ ਨੇ, ਉਹਨਾਂ ਨੂੰ ਕਹੂੰਗਾ ਵੀ ਇੱਕ ਤਾਂ ਉਹ ਏਕਾ ਰੱਖਣ ਜੀ, ਵੱਖ ਵੱਖ ਮੰਚਾਂ 'ਤੇ ਥੋੜ੍ਹੇ ਥੋੜ੍ਹੇ ਵਖਰੇਵਿਆਂ ਦੇ ਕਾਰਨ ਉਹ ਆਪਦੀ ਅੱਡ ਅੱਡ ਢੋਲਕੀ ਨਾ ਵਜਾਉਣ ਜੀ। ਜਦੋਂ ਸਾਡੀਆਂ ਮੰਗਾਂ ਸਾਂਝੀਆਂ ਨੇ ਫਿਰ ਸਾਨੂੰ ਇਕੱਠੇ ਹੋ ਕੇ ਲੜਨ 'ਚ ਦਿੱਕਤ ਵੀ ਨਹੀਂ ਹੋਣੀ ਚਾਹੀਦੀ, ਕਿਉਂਕਿ ਸਾਡੀ ਆਰਥਿਕ ਜਿਹੜੀ ਆਰਥਿਕਤਾ ਇਸੇ ਨਾਲ ਜੁੜੀ ਹੋਈ ਹੈ ਕਿ ਸਾਡਾ ਇਹ 1-1-16 ਤੋਂ ਬਕਾਇਆ ਜਿਹੜਾ ਕਿ ਲੱਖਾਂ ਕਰੋੜਾਂ ਰੁਪਏ ਵਿੱਚ ਬਣਦਾ ਜੀ, 1-1 ਮੁਲਾਜ਼ਮ ਦੇ ਲੱਖਾਂ 'ਚ ਬਣਦਾ, ਉਹ ਤਾਂ ਕਿੱਡੀ ਵੱਡੀ ਗੱਲ ਹੈ।
ਕੀ ਇਹ ਤਾਂ ਏਕਾ ਨਹੀਂ ਹੋ ਸਕਦਾ। ਨੰਬਰ 2, ਜਿਹੜਾ DA ਹੈ ਮਿਲ ਗਿਆ 4%, ਉਹਦੇ ਉਹ ਕੱਲ੍ਹ ਤੋਂ ਡਿਊ ਹੋ ਜੂ 16%, ਹੁਣ ਤੱਕ ਸਾਡਾ 8% ਇਹਨਾਂ ਵੱਲ ਬਕਾਇਆ ਪਿਆ, ਇਹ ਵੀ ਬਹੁਤ ਵੱਡੀ ਗੱਲ ਹੈ। ਇੰਨਾ ਪੈਸਾ ਸਾਡਾ ਪਿਆ ਹੈਗਾ ਉਹਦੇ ਵੀ ਇਕੱਠੇ ਗੱਲ ਕਿ ਹਰ ਇੱਕ ਜਿਹੜੀ ਸਾਡੀ ਆਰਥਿਕਤਾ ਜੁੜੀ ਹੋਈ ਹੈ ਉਹ ਸਾਰੇ ਮੁਲਾਜ਼ਮਾਂ ਦੀ ਸਾਂਝੀ ਹੈ, ਸਭ ਜਥੇਬੰਦੀਆਂ ਦੀ ਸਾਂਝੀ ਹੈ। ਇੱਥੇ ਸਾਨੂੰ ਇਕੱਠੇ ਹੋਣਾ ਚਾਹੀਦਾ ਹੈ ਛੋਟੇ ਮੋਟੇ ਮਤਭੇਦ ਮਿਲਾ ਕੇ। ਜਿੱਥੋਂ ਤੱਕ ਦੂਜੀ ਗੱਲ ਹੈ ਓਲਡ ਪੈਨਸ਼ਨ ਸਕੀਮ ਦੀ, ਅਤੇ ਜਿੱਥੇ ਇਹਦੀ ਜਥੇਬੰਦੀ ਬਣੀ ਹੋਈ ਹੈ ਪੰਜਾਬ ਪੱਧਰ 'ਤੇ ਅਤੇ ਇੰਡੀਆ ਪੱਧਰ 'ਤੇ ਵੀ, ਕਿਉਂਕਿ ਸਰਕਾਰ ਨੇ ਤਾਂ ਬਹੁਤ ਵੱਡਾ ਮਾਰੂ ਫੈਸਲਾ ਕੀਤਾ ਇਹ ਜਿਹੜਾ ਵਾਜਪਾਈ ਦੀ ਸਰਕਾਰ ਨੇ। ਦਿੱਲੀ ਦੇ ਵਿੱਚ ਅਕਤੂਬਰ ਦੇ ਵਿੱਚ 10 ਲੱਖ ਤੋਂ ਉੱਪਰ ਇਕੱਠ ਹੋਇਆ ਸੀ ਜੀ, ਏਕੇ ਦਾ ਕਿਹੜਾ ਸਰਕਾਰ ਨੂੰ ਮਜਬੂਰ ਕਰਤਾ ਸੀ ਸੈਂਟਰ ਗੌਰਮੈਂਟ ਨੂੰ ਵੀ ਬਿਆਨ ਆਉਣ ਲੱਗੇ ਸੀ ਸਰਕਾਰ ਦੇ ਸੈਂਟਰ ਦੇ ਵੀ ਇੱਥੇ ਆਹ ਕਰ ਦਈਏ ਵਾਹ ਕਰ ਦਈਏ, ਜੇ ਇੱਥੇ ਹੋਰ ਦੁਆਰ ਰੱਖਿਆ ਜਾਵੇ ਤਾਂ ਜਿੱਥੇ ਜਿਨ੍ਹਾਂ 'ਤੇ ਇਹ ਸਕੀਮ ਲਾਗੂ ਹੋਣੀ ਹੈ ਅਸੀਂ ਆਪਣੇ ਜਥੇਬੰਦੀਆਂ ਜਿੱਥੇ ਵੀ ਅਸੀਂ ਰੈਲੀਆਂ ਮੁਜ਼ਾਹਰੇ ਕਰਨ ਦਾ ਟਾਈਮ ਮਿਲਦਾ ਹੈ ਅਸੀਂ ਉਹਨਾਂ ਨੂੰ ਇਹ ਵਿਸ਼ਵਾਸ ਦਿਵਾਉਂਦੇ ਹਾਂ ਵੀ ਤੁਸੀਂ ਮੂਹਰੇ ਲੱਗੋ ਇਸ ਕੰਮ 'ਤੇ। ਅਸੀਂ ਜਿਹੜੇ ਪੁਰਾਣੇ ਪੈਨਸ਼ਨ ਵੀ ਨੇ ਅਤੇ ਜਾਂ ਉਦੋਂ ਪਹਿਲਾਂ ਦੇ ਭਰਤੀ ਹੋਏ ਨੇ ਮੁਲਾਜ਼ਮ ਜਾਂ ਉਹ ਜਥੇਬੰਦੀਆਂ ਨੇ ਉਹ ਵੀ ਤੁਹਾਡਾ ਡਟ ਕੇ ਸਾਥ ਦੇਣਗੇ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ ਗੁਰਮੇਲ ਸਿੰਘ ਜੀ, ਮੌਜੀਵਾਲ ਸਾਹਿਬ। ਤੁਸੀਂ ਸਾਡੇ ਦਰਸ਼ਕਾਂ ਨੂੰ ਜਾਂ ਪੰਜਾਬ ਪੱਧਰ ਦੀਆਂ ਸਾਡੀਆਂ ਸਾਂਝੀਆਂ ਜਿਹੜੀਆਂ ਜਥੇਬੰਦੀਆਂ ਨੇ ਜਿੰਨੀਆਂ ਵੀ ਮੁਲਾਜ਼ਮ ਧਿਰਾਂ ਨੇ ਉਹਨਾਂ ਸਾਰਿਆਂ ਨੂੰ ਸੁਨੇਹਾ ਦਿੱਤਾ ਵੀ ਅੱਜ ਸਾਰੇ ਆਪਣੇ ਵੈਰ ਵਿਰੋਧ ਛੱਡ ਕੇ ਨਿੱਜੀ ਛੋਟੇ ਮੋਟੇ ਜਿਹੜੇ ਤੁਸੀਂ ਗੱਲਾਂ ਛੱਡ ਕੇ ਇੱਕ ਸਾਂਝੇ ਮਤਲਬ ਜਿਹੜੇ ਆ ਉਹ ਫਰੰਟ 'ਤੇ ਇਕੱਠੇ ਹੋਵੋ। ਇਹ ਪੰਜਾਬ ਦੇ ਸਾਡੇ ਹਿੰਦੁਸਤਾਨ ਦੀਆਂ ਕਿਸਾਨ ਜਥੇਬੰਦੀਆਂ ਆਪਣੇ ਵਿਰੋਧ ਛੱਡ ਕੇ ਇੱਕ ਨਿਕਾਤੀ ਪ੍ਰੋਗਰਾਮ ਦੇ ਉੱਤੇ ਇਕੱਠੀਆਂ ਹੋ ਕੇ ਦਿੱਲੀ ਕਿੰਨਾ ਮੋਰਚਾ ਲਾਇਆ ਸੀ ਅਤੇ ਉਹ ਮੋਰਚਾ ਜਿੱਤ ਕੇ ਆਏ ਸੀ ਅਤੇ ਕੋਈ ਇਹੋ ਜਿਹਾ ਸੰਘਰਸ਼ ਨਹੀਂ ਜਾ ਇਹੋ ਜਿਹਾ ਕੋਈ ਮੋਰਚਾ ਨਹੀਂ ਜਿਹੜਾ ਨਹੀਂ ਜਿੱਤਿਆ ਜਾ ਸਕਦਾ। ਅੱਜ ਸਰਕਾਰਾਂ ਤੁਹਾਡੇ ਅੰਦਰ ਇੱਕ ਭੁਲੇਖਾ ਖੜਾ ਕਰਕੇ ਤੁਹਾਨੂੰ ਵੱਖ ਵੱਖ ਤੌਰ ਦੇ ਉੱਤੇ ਅੱਡ ਅੱਡ ਕੀਤਾ ਗਿਆ, ਸਵਾਹ ਰਲ ਕੇ ਉਹਨਾਂ ਦਾ ਸੁਨੇਹਾ ਜਾਂ ਉਹ ਰਲ ਕੇ ਇੱਕ ਮੰਚ 'ਤੇ ਇਕੱਠੇ ਹੋ ਕੇ ਇਹਨਾਂ ਮੰਗਾਂ ਲਈ ਜਿਹੜੀ ਸਰਕਾਰ ਤੋਂ ਪ੍ਰਾਪਤੀ ਲਈ ਸੰਘਰਸ਼ ਜਿਹੜਾ ਵਿੱਢੀਏ। ਸੋ ਜਿੱਤ ਹਮੇਸ਼ਾ ਹੀ ਤੁਹਾਡੀ ਹੋਣੀ ਆ, ਹਮੇਸ਼ਾ ਹੀ ਜਿੱਤ ਉਹਨਾਂ ਦੀ ਹੁੰਦੀ ਹੈ ਜਿਹੜੇ ਲੜਦੇ ਨੇ। ਸੋ ਇਹ ਸਾਡਾ ਅੱਜ 2023 ਦਾ ਇਹ ਆਖਰੀ ਐਪੀਸੋਡ ਸੀ, ਕੱਲ੍ਹ ਫਿਰ 2024 ਦੇ ਨਵੇਂ ਸਾਲ 'ਚ ਨਵੀਆਂ ਆਸਾਂ ਲੈ ਕੇ ਨਵੇਂ ਮੁੱਦੇ ਜਿਹੜੇ ਸਾਡੇ ਜਿਹੜੇ ਪੈਂਡਿੰਗ ਰਹਿਣਗੇ ਇਸ ਸਾਲ 'ਚ ਉਹਨਾਂ ਨੂੰ ਫਿਰ ਵਿਚਾਰ ਕਰਾਂਗੇ ਅਤੇ ਤੁਹਾਨੂੰ ਕੱਲ੍ਹ ਫਿਰ ਨਵੇਂ ਸਾਲ 'ਚ ਨਵੀਂ ਵਧਾਈ ਲਈ ਕੱਲ੍ਹ ਜ਼ਰੂਰ ਮਿਲਾਂਗੇ। ਉਹਨੇ ਵਕਤ ਤੱਕ ਮੇਰੇ ਵੱਲੋਂ ਨਿਰੰਜਣ ਸਿੰਘ ਲਹਿਲ ਵੱਲੋਂ ਸਤਿ ਸ਼੍ਰੀ ਅਕਾਲ।